ਤੁਸੀਂ ਵੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਤੇ ਮੈਂ ਹਰਿੰਦਰ ਬਾਜਵਾ ਗੱਲ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਚ ਪਏ ਕਲੇਸ਼ ਦਰਮਿਆਨ ਆ ਰਹੀ ਵੱਡੀ ਖਬਰ ਦੀ। ਵੱਡੀ ਖਬਰ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਸਕਦੇ ਆ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਛੱਡਣ ਬਾਰੇ ਅਹਿਮ ਖਬਰ ਨਿਕਲ ਕੇ ਆਈ ਹੈ। ਮਾਜਰਾ ਕੁਝ ਇਸ ਤਰ੍ਹਾਂ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਗੀਆਂ ਦੇ ਵਿਚਕਾਰ ਵਾਧੀ ਟਸਕ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਬਦਲਣ ਦੇ ਵਿੱਚ ਕਾਫੀ ਤੇਜ਼ੀ ਦਿਖਾਈ ਹੈ। ਇਸੇ ਤੇਜ਼ੀ ਦੇ ਕਾਰਨ ਲਗਾਤਾਰ ਨਵੀਂ ਵਰਕਿੰਗ ਕਮੇਟੀ, ਜਿਹਨੂੰ ਕਾਰਜਕਾਰਨੀ ਕਹਿੰਦੇ ਆ, ਉਹ ਗਠਨ ਕੀਤੀ ਗਈ। ਉਸੇ ਨਾਲ ਹੀ ਕੋਰ ਕਮੇਟੀ ਵੀ ਬਦਲ ਦਿੱਤੀ ਗਈ ਅਤੇ ਸੰਸਦੀ ਬੋਰਡ ਦਾ ਵੀ ਗਠਨ ਕਰ ਦਿੱਤਾ ਗਿਆ, ਜਿਹਦੇ ਚੇਅਰਮੈਨ ਲਾਇਆ ਗਿਆ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ, ਸਾਬਕਾ ਰਾਜ ਸਭਾ ਮੈਂਬਰ ਨੇ। ਮਸਲਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਪ੍ਰਧਾਨਗੀ ਛੱਡਣ ਜਾ ਰਹੇ ਨੇ। ਝੂੰਦਾ ਕਮੇਟੀ ਦੀਆਂ ਰਿਪੋਰਟਾਂ ਨੂੰ, ਜਿਸ ਨੂੰ ਆਧਾਰ ਬਣਾ ਕੇ ਬਾਗੀਆਂ ਨੇ ਬਗਾਵਤ ਕੀਤੀ, ਮਨਪ੍ਰੀਤ ਸਿੰਘ ਆਲੀ ਵਰਗਾ ਵੱਡਾ ਆਗੂ ਘਰੇ ਬਹਿ ਗਿਆ, ਜੋ ਕਿ ਮੌਜੂਦਾ ਵਿਧਾਇਕ ਹੈ ਅਤੇ ਵਿਧਾਇਕ ਦਲ ਦਾ ਆਗੂ ਹੈ, ਉਹ ਘਰ ਬਹਿ ਗਿਆ। ਹੁਣ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਸਕਦੇ ਆ ਅਤੇ ਉਹਨਾਂ ਦੀ ਥਾਂ 'ਤੇ ਇੱਕ 5 ਮੈਂਬਰੀ ਪ੍ਰੈਜ਼ੀਡੀਅਮ ਪ੍ਰਧਾਨਗੀ ਮੰਡਲ ਬਣਾਇਆ ਜਾਣਾ ਜਿਹੜਾ ਪਾਰਟੀ ਨੂੰ ਚਲਾਏਗਾ। ਇਹ ਕਦੋਂ ਅਤੇ ਕਦੋਂ ਤੱਕ ਚਲਾਏਗਾ, ਇਹ ਸਵਾਲ ਹੈ। ਦਰਅਸਲ ਨਵੰਬਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਡੈਲੀਗੇਟਾਂ ਦਾ ਇਜਲਾਸ ਸੱਦਿਆ ਹੋਇਆ। ਉਸ ਡੈਲੀਗੇਟ ਇਜਲਾਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ, ਜਾਣੀ ਕਿ ਜਦੋਂ ਡੈਲੀਗੇਟ ਇਜਲਾਸ ਦੀ ਤਰੀਕਾਂ ਦਾ ਐਲਾਨ ਹੋਵੇਗਾ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡ ਦੇਣਗੇ। ਨਵੰਬਰ 'ਚ ਹੋਣਾ ਜਾਂ ਕਹਿ ਲਈਏ ਕਿ ਸਤੰਬਰ ਅਕਤੂਬਰ 'ਚ ਤਰੀਕਾਂ ਦਾ ਐਲਾਨ ਹੋਣਾ, ਉਸ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡ ਦੇਣਗੇ ਅਤੇ ਉਹ 5 ਮੈਂਬਰੀ ਕਮੇਟੀ ਪ੍ਰੈਜ਼ੀਡੀਅਮ ਹੈ ਜਿਹੜਾ, ਉਹ ਪਾਰਟੀ ਦੇ ਕੰਮਕਾਜ ਨੂੰ ਦੇਖੇਗਾ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨਗੀ ਛੱਡਣ ਦਾ ਸਮਾਂ ਜ਼ਿਮਨੀ ਚੋਣਾਂ ਤੋਂ ਬਾਅਦ ਦਾ ਦੇ ਕਰੀਬ ਕਰੀਬ ਰੱਖਿਆ ਗਿਆ ਹੈ। ਉਸ 5 ਮੈਂਬਰੀ ਪ੍ਰੈਜ਼ੀਡੀਅਮ ਦੇ ਅੰਦਰ 3 ਸੀਨੀਅਰ ਆਗੂ ਸ਼ਾਮਲ ਕੀਤੇ ਜਾਣੇ ਨੇ ਅਤੇ 2 ਜਿਹੜੇ ਆ ਨੌਜਵਾਨ ਆਗੂ ਸ਼ਾਮਲ ਕੀਤੇ ਜਾਣੇ ਨੇ। 2 ਨੌਜਵਾਨ ਆਗੂ ਸ਼ਾਮਲ ਕਰਨਾ, ਇਹ ਸਾਰੀਆਂ ਵਿਉਂਤਬੰਦੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਮਸਲਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਦੇ ਲਈ ਪਹਿਲਾਂ ਤਿਆਰ ਨਹੀਂ ਸੀ, ਹੁਣ ਕਿਵੇਂ ਹੋ ਗਏ? ਦਰਅਸਲ ਅਕਾਲੀ ਦਲ ਦੇ ਵਿੱਚ ਸਾਰਾ ਜੋ ਭੰਬਲ ਭੂਸਾ ਪਿਆ ਹੈ, ਇਸ ਨੂੰ ਸੁਧਾਰਨ ਦੇ ਲਈ ਅਤੇ ਆਪਣਾ ਕੰਟਰੋਲ ਮੁੜ ਸਥਾਪਿਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਡੈਲੀਗੇਟ ਇਜਲਾਸ ਦੇ ਵਿੱਚ ਅਤੇ ਡੈਲੀਗੇਟ ਇਜਲਾਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇੱਕ ਸੁਰ ਕਰਨਾ ਚਾਹੁੰਦੇ ਨੇ ਅਤੇ ਜਿਵੇਂ ਹੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਡੈਲੀਗੇਟ ਇਜਲਾਸ ਦੀਆਂ ਦਾ, ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਿੱਛੇ ਹਟ ਜਾਣਗੇ ਅਤੇ ਉਹ 5 ਮੈਂਬਰੀ ਪ੍ਰੈਜ਼ੀਡੀਅਮ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਦੇਣਗੇ। ਤੁਹਾਨੂੰ ਪਤਾ ਹੀ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹਟਣ ਲਈ ਤਿਆਰ ਨਹੀਂ ਸੀ, ਜਾਂ ਫਿਰ ਉਹਨਾਂ ਦੇ ਨੇੜਲੇ ਆਗੂ ਉਹਨਾਂ ਨੂੰ ਹਟਣ ਨਹੀਂ ਸੀ ਦਿੰਦੇ, ਕੋਈ ਕਾਰਨ ਤਾਂ ਸੀ। ਪਰ ਹੁਣ ਉਹ ਛੱਡਣ ਦੇ ਲਈ ਤਿਆਰ ਨੇ। ਡੈਲੀਗੇਟ ਇਜਲਾਸ ਤੱਕ ਇਹ ਜਿਹੜਾ ਪ੍ਰੈਜ਼ੀਡੀਅਮ ਹੈ ਕੰਮ ਕਰੇਗਾ। ਸੰਭਾਵਿਤ ਤੌਰ 'ਤੇ ਪ੍ਰੈਜ਼ੀਡੀਅਮ ਦਾ ਕੰਮ ਡੈਲੀਗੇਟ ਇਜਲਾਸ ਤੱਕ ਪਾਰਟੀ ਦਾ ਕੰਮ ਚਲਾਉਣਾ ਅਤੇ ਇਜਲਾਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰਵਾਉਣਾ ਵੀ ਹੋ ਸਕਦਾ ਹੈ। ਚਰਚਾ ਇਹ ਹੈ ਕਿ ਪ੍ਰੈਜ਼ੀਡੀਅਮ 'ਚ 5 ਮੈਂਬਰਾਂ ਸ਼ਾਮਲ ਕੀਤੇ ਜਾਣੇ ਨੇ ਅਤੇ 5 ਦੇ ਵਿੱਚੋਂ 3 ਪੁਰਾਣੇ ਅਤੇ 2 ਨੌਜਵਾਨ ਆਗੂਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਵੈਸੇ ਇਹ ਸਪਸ਼ਟ ਹੈ ਕਿ ਜੇਕਰ ਡੈਲੀਗੇਟਾਂ ਦੀ ਮੀਟਿੰਗ ਵਿੱਚ ਚੋਣ ਹੁੰਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਫਿਰ ਪ੍ਰਧਾਨਗੀ ਲਈ ਉਮੀਦਵਾਰ ਹੋਣਗੇ। ਇਹ ਵੀ ਚਰਚਾ ਹੈ ਕਿ ਉਹ ਆਪਣੇ ਮੁਕਾਬਲੇ ਕਿਸੇ ਹੋਰ ਨੂੰ ਵੀ ਪ੍ਰਧਾਨਗੀ ਦੀ ਚੋਣ ਲੜਨ ਤੋਂ ਨਹੀਂ ਰੋਕਣਗੇ, ਕਿਉਂਕਿ ਇਹ ਸਪਸ਼ਟ ਹੈ ਕਿ ਅਕਾਲੀ ਦਲ ਦੇ 526 ਡੈਲੀਗੇਟਾਂ ਵਿੱਚੋਂ ਬਹੁਤ ਸੰਮਤੀ ਅਜੇ ਵੀ ਸੁਖਬੀਰ ਬਾਦਲ ਦੇ ਨਾਲ ਖੜ੍ਹੇ ਵਿਖਾਈ ਦਿੰਦੇ ਨੇ। ਅਤੇ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ
ਅਕਾਲੀ ਦਲ ਦੇ ਡੈਲੀਗੇਟਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਇਸ ਗੱਲ 'ਤੇ ਟਿਕੀ ਰਹਿਣੀ ਹੈ ਕਿ ਉਹ ਨਵੇਂ ਪ੍ਰਧਾਨ ਬਣਨਗੇ ਕਿ ਨਹੀਂ। ਇਸ ਗੱਲ 'ਤੇ ਟਿਕਿਆ ਰਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ 526 ਡੈਲੀਗੇਟਾਂ ਦੇ ਵਿੱਚੋਂ ਕਿੰਨੀਆਂ ਵੱਧ ਵੋਟਾਂ ਲੈ ਕੇ ਜਾਂਦੇ ਨੇ। ਦੂਜੀ ਗੱਲ, ਡੈਲੀਗੇਟ ਇਜਲਾਸ ਦੇ ਵਿੱਚ ਕਿਸ ਤਰ੍ਹਾਂ ਨਾਲ ਕਾਰਵਾਈ ਚਲਾਈ ਜਾਣੀ ਹੈ, ਇਹ ਪ੍ਰੈਜ਼ੀਡੀਅਮ ਤਿਆਰ ਕਰੇਗਾ ਜਿਹੜਾ ਹੁਣ ਕਮਾਨ ਸੰਭਾਲੇਗਾ। ਬਾਗੀ ਧੜਾ ਕਿਹਨੂੰ ਪ੍ਰੋਤਸਾਹਿਤ ਕਰਕੇ ਡੈਲੀਗੇਟਾਂ ਦੇ ਵਿੱਚੋਂ ਪ੍ਰਧਾਨਗੀ ਦੀ ਚੋਣ ਲੜਾਉਂਦਾ, ਫਿਰ ਡੈਲੀਗੇਟਾਂ ਜੋ ਡੈਲੀਗੇਟ ਤੋੜਦਾ ਕਿੰਨੇ ਹੈ ਕਿ ਸੁਖਬੀਰ ਬਾਦਲ ਨੂੰ ਹਰਾਇਆ ਜਾ ਸਕੇ, ਇਹਦੇ ਲਈ ਕਿਹੜੀਆਂ ਕਿਹੜੀਆਂ ਸ਼ਕਤੀਆਂ ਕੰਮ ਕਰਨਗੀਆਂ, ਇਸ ਗੱਲ ਦੇ ਉੱਤੇ ਹੁਣ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਖੜ੍ਹਾ ਹੈ।